ਸਤਿ ਸ਼੍ਰੀ ਅਕਾਲ ਮੈਂ ਹਾਂ ਕਿਰਨ ਤੇ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਟੀਵੀ। ਪੰਜਾਬ ਦੇ ਬਟਾਲਾ ਸ਼ਹਿਰ ਦੀ ਰਹਿਣ ਵਾਲੀ ਸੁਖਪ੍ਰੀਤ ਕੌਰ ਜੋ ਕਿ ਪੰਜਾਬ ਪੁਲਿਸ 'ਚ ਹੈੱਡ ਕਾਂਸਟੇਬਲ ਦੀ ਨੌਕਰੀ ਕਰ ਰਹੀ ਹੈ, ਉਸਨੇ ਆਪਣੀ ਨੌਕਰੀ ਦੇ ਨਾਲ ਨਾਲ ਆਪਣਾ ਬਚਪਨ ਦਾ ਸੁਪਨਾ ਵਿਆਹ ਤੋਂ ਬਾਅਦ ਪੂਰਾ ਕੀਤਾ, ਜਿਸ ਦੇ ਚਲਦੇ ਉਸਨੇ ਦੇਸ਼ ਭਰ 'ਚ ਹੋਏ ਫੋਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ 'ਚ ਮਿਸਿਸ ਪੰਜਾਬ ਦਾ ਖਿਤਾਬ ਜਿੱਤ ਕੇ ਆਪਣਾ ਸੁਪਨਾ ਪੂਰਾ ਕੀਤਾ ਹੈ। ਸੁਖਪ੍ਰੀਤ ਕੌਰ ਦੱਸਦੀ ਹੈ ਕਿ ਉਸਦਾ ਬਚਪਨ ਦਾ ਸੁਪਨਾ ਸੀ ਕਿ ਉਹ ਮਾਡਲਿੰਗ ਕਰੇ। ਹੁਣ ਪਿਛਲੇ ਦਿਨੀ ਜੈਪੁਰ ਚ ਹੋਏ ਫੋਰਐਵਰ ਸਟਾਰ ਇੰਡੀਆ ਮਾਡਲਿੰਗ ਮੁਕਾਬਲੇ ਚ ਉਹ ਸਿਲੈਕਟ ਹੋਈ ਸੀ। ਸੁਖਪ੍ਰੀਤ ਦੀ ਇੱਛਾ ਹੈ ਕਿ ਉਹ ਅੱਗੇ ਹੋਰ ਮੁਕਾਬਲੇ ਚ ਵੀ ਹਿੱਸਾ ਲੈ ਕੇ ਇੰਡੀਆ ਪੱਧਰ ਦਾ ਅਵਾਰਡ ਜਿੱਤੇ। ਸੁਖਪ੍ਰੀਤ ਕੌਰ ਨੇ ਹੋਰ ਕੀ ਕਿਹਾ ਆਓ ਜਾਣਦੇ ਹਾਂ। ਹੌਟ ਨਿਊਜ਼ ਇੰਡੀਆ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ। ਮੇਰਾ ਨਾਮ ਅਮਲਾ ਸਾਹਨੀ ਹੈ, ਮੈਂ ਇੱਥੇ ਸੰਸਕ੍ਰਿਤੀ ਸਾਹਨੀ ਸਕੂਲ ਰਨ ਕਰਦੀ ਹਾਂ, ਮੈਂ ਉਹਦੀ ਪ੍ਰਿੰਸੀਪਲ ਹਾਂ ਔਰ ਇਹ ਮੇਰੀ ਬੈਸਟ ਫਰੈਂਡ ਹੈ। ਔਰ ਮੈਨੂੰ ਬਹੁਤ ਅੱਛਾ ਲੱਗਾ ਕਿ ਇਹਨੇ ਇਹ ਪ੍ਰਾਈਜ਼ ਜਿੱਤਿਆ, ਕਿਉਂਕਿ ਇਹਦਾ ਬਹੁਤ ਦੇਰ ਦਾ ਸੁਪਨਾ ਸੀਗਾ ਕਿ ਇਹ ਮਾਡਲਿੰਗ ਵਿੱਚ ਐਂਟਰ ਕਰਨਾ ਚਾਹੁੰਦੀ ਸੀ, ਪਰ ਇਹਦਾ ਜੋਬ ਸੀਗਾ ਪੰਜਾਬ ਪੁਲਿਸ ਦਾ, ਥੋੜ੍ਹੀ ਇਹਦੇ ਮਨ 'ਚ ਹਿਚਕ ਸੀਗੀ, ਪਰ ਮੈਨੂੰ ਅੱਜ ਬਹੁਤ ਅੱਛਾ ਲੱਗਾ ਕਿ ਇਹਨੇ ਆਪਣੇ ਉਹ ਸਾਰੇ ਰਿਸਟ੍ਰੇਂਟਸ ਤੋੜ ਕੇ, ਸਾਰੇ ਬੰਧਨ ਤੋੜ ਕੇ, ਇਹ ਆਪਣੇ ਬੜੇ ਕੌਨਫੀਡੈਂਸ ਦੇ ਇਕੱਲੀ ਇੱਥੋਂ ਗਈ ਹੈ ਜੈਪੁਰ, ਉੱਥੇ ਜਾ ਕੇ ਇਸਨੇ ਕੰਪਟੀਸ਼ਨ 'ਚ ਪਾਰਟੀਸਪੇਟ ਕੀਤਾ ਅਤੇ ਉੱਥੇ ਪ੍ਰਾਈਜ਼ ਵਿਨ ਕਰਕੇ ਆਈ ਹੈ। ਮੈਂ ਆਪ ਇੱਕ ਕੁੜੀ ਹਾਂ, ਆਪਣੇ ਫਾਦਰ ਦੀ ਤੀਸਰੀ ਬੇਟੀ ਹਾਂ, ਅਤੇ ਮੇਰੇ ਫਾਦਰ ਨੇ ਇਹ ਸਿਖਾਇਆ ਸੀ ਕਿ ਬੇਟਾ ਤੁਸੀਂ ਕੁੜੀਆਂ ਹੋ, ਮੁੰਡਿਆਂ ਤੋਂ ਕਿਤੇ ਘੱਟ ਨਹੀਂ ਹੋ, ਅਸੀਂ ਮੁੰਡਿਆਂ ਤੋਂ ਵੱਧ ਅੱਗੇ ਜਾ ਸਕਦੇ ਹਾਂ ਅਤੇ ਸਾਡੇ 'ਚ ਇਹ ਕੌਨਫੀਡੈਂਸ ਹੈ, ਅਤੇ ਮੈਨੂੰ ਬਹੁਤ ਅੱਛਾ ਲੱਗਾ ਕਿ ਇਹਨੇ ਉਹੀ ਕੌਨਫੀਡੈਂਸ ਐਮੂਲੇਟ ਕੀਤਾ ਹੈ ਅਤੇ ਸ਼ੀ ਹੈਜ਼ ਵੋਨ ਅ ਪ੍ਰਾਈਜ਼, ਆਈ ਐਮ ਵੈਰੀ ਹੈਪੀ। ਸ਼ੁਰੂ ਤੋਂ ਇਹਦਾ ਸ਼ੌਕ ਸੀਗਾ ਪਰ ਇਹਨੂੰ ਕਿਤੇ ਕੋਈ ਮੌਕਾ ਨਹੀਂ ਸੀ ਮਿਲਦਾ, ਕਿਉਂਕਿ ਇਹਦੀ ਜੋਬ ਇੱਦਾਂ ਦੀ ਸੀਗੀ, ਫਾਦਰ ਛੋਟੀ ਉਮਰ 'ਚ ਉਹਨਾਂ ਦੀ ਡੈਥ ਹੋ ਗਈ, ਸ਼ੌਕ ਇਹਨੂੰ ਸ਼ੁਰੂ ਦਾ ਸੀ, ਮੌਕਾ ਇਹਨੂੰ ਹੁਣ ਮਿਲਿਆ ਅਤੇ ਮੈਂ ਆਪਣੀ ਬੈਸਟ ਇਨਕਰੇਜਮੈਂਟ ਇਹਨੂੰ ਦਿੱਤੀ ਹੈ। ਬੜੀ ਇੱਕ ਵਾਰ ਥੋੜ੍ਹੀ ਡਾਈਸੀ ਵੀ ਹੋ ਗਈ ਸੀ ਕਿ ਮੈਂ ਉੱਥੇ ਜਾਵਾਂ ਕਿ ਨਾ ਜਾਵਾਂ, ਮੈਂ ਕਿਹਾ ਤੂੰ ਜ਼ਰੂਰ ਜਾ ਕਿਉਂਕਿ ਤੂੰ ਸਿਲੈਕਟ ਹੋ ਗਈ ਹੈ। ਇੱਕ ਆਨਲਾਈਨ ਉਹਦੇ ਜ਼ਰੀਏ ਫੋਰਮ ਭਰ ਕੇ ਇਹਨੇ ਆਪਣਾ ਨੂੰ ਮਤਲਬ ਕੀਤਾ, ਅਪਗ੍ਰੇਡ ਕੀਤਾ, ਮਾਡਲਿੰਗ ਸਿੱਖੀ ਪ੍ਰੋਪਰ, ਇਹਨੇ ਮਤਲਬ ਬਹੁਤ ਪ੍ਰੈਕਟਿਸ ਕੀਤੀ, ਮੈਨੂੰ ਦੇਖਦੀ ਸੀਗੀ ਡੇਲੀ, ਇਹਨੇ ਬਹੁਤ ਪ੍ਰੈਕਟਿਸ ਕੀਤੀ ਹੈ ਅਤੇ ਉਸ ਤੋਂ ਬਾਅਦ ਜਾ ਕੇ ਇਹਨੇ ਕੀਤਾ, ਤਾਂ ਆਈ ਐਮ ਵੈਰੀ ਹੈਪੀ ਕਿਉਂਕਿ ਇਹਦੀ ਮਿਹਨਤ ਰੰਗ ਲਾਈ ਅਤੇ ਇਹਦੇ ਸਿਰ ਪਰ ਕਹੋ ਕਿ ਰੱਬ ਦੀ ਕਿਰਪਾ, ਅਮਵੀਰ ਜੋਸ਼ਨ ਕਰੀ, ਦੋਵੇਂ ਬੰਨੇ ਆ ਕੰਮ ਕਰ ਰਹੀ, ਆਪਣੇ ਜੋਬ 'ਚ ਵੀ ਇਹ ਬਹੁਤ ਅੱਛਾ ਵਧੀਆ ਕੰਮ ਕਰਦੀ ਹੈ, ਆਪਣੇ ਘਰ ਦੀ ਸੇਵਾ ਬਹੁਤ ਅੱਛੀ ਕਰਦੀ, ਸਮਾਜ ਦੀ ਸੇਵਾ ਵੀ ਕਰ ਰਹੀ ਅਤੇ ਆਪਣਾ ਆਪ ਤਾਂ ਆਪਣੇ ਸ਼ੌਕ ਪੂਰਾ ਕਰਨਾ, ਦੇਸ਼ ਦਾ ਨਾਂ ਅੱਗੇ ਲੈ ਕੇ ਜਾਏ, ਮੈਂ ਤਾਂ ਹੋਪ ਕਰਦੀ ਹਾਂ ਮਿਸਿਜ਼ ਇੰਡੀਆ ਕੀ ਹੈ, ਮਿਸ ਵਰਲਡ ਤੱਕ ਜਾਏ, ਮਿਸਿਜ਼ ਵਰਲਡ, ਮਿਸਿਜ਼ ਇੰਟਰਨੈਸ਼ਨਲ ਦਾ ਪ੍ਰਾਈਜ਼ ਲੈ ਕੇ ਆਏ ਤਾਂ ਮੈਨੂੰ ਸਭ ਤੋਂ ਵੱਧ ਖੁਸ਼ੀ ਹੋਏਗੀ। ਮੇਰਾ ਨਾਮ ਸੁਖਪ੍ਰੀਤ ਕੌਰ ਹੈ, ਜੈਪੁਰ 'ਚ ਫੋਰਐਵਰ ਮਿਸਿਜ਼ ਇੰਡੀਆ ਦਾ ਇਹਨਾਂ ਨੇ ਕਰਵਾਇਆ ਸੀਗਾ ਕੰਪੀਟੀਸ਼ਨ, ਉਹਦੇ ਵਿੱਚੋਂ ਮੈਨੂੰ ਪੰਜਾਬ ਦੀ ਜਿਹੜੀ ਹੈਗਾ ਵਿਨਰ ਚੁਣਿਆ ਗਿਆ ਸੀ। ਇੱਥੇ ਕਾਫੀ ਲੜਕੀਆਂ ਸੀਗੀਆਂ, ਪੰਜਾਬ ਦੇ ਵਿੱਚੋਂ ਵੀ ਸੀਗੀਆਂ ਕਾਫੀ ਲੜਕੀਆਂ, ਅਤੇ ਉਹਨਾਂ 'ਚੋਂ ਜਿਹੜਾ ਮੈਨੂੰ ਸਿਲੈਕਟ ਕੀਤਾ ਗਿਆ। ਜੀ ਮੈਂ ਪੰਜਾਬ ਪੁਲਿਸ 'ਚ ਵੀ ਜੋਬ ਕਰਦੀ ਹਾਂ ਜੀ, ਮੈਂ ਬਹੁਤ ਮਿਹਨਤ ਲੱਗਦੀ ਹੈ ਜੀ, ਕੋਈ ਵੀ ਕੰਮ ਆ ਕੋਈ ਆਸਾਨ ਨਹੀਂ ਹੈਗਾ, ਅਤੇ ਅਸੀਂ ਕੋਈ ਵੀ ਕੰਮ ਕਰਦੇ ਹਾਂ ਤਾਂ ਮਿਹਨਤ ਤਾਂ ਲੱਗਦੀ ਹੈ ਜੀ। ਇਹ ਜੈਪੁਰ 'ਚ ਹੋਇਆ ਸੀਗਾ ਜੀ ਮੇਰਾ ਨੈਕਸਟ ਇਹ ਹੈ ਕਿ ਜੋਬ ਦੇ ਨਾਲ ਨਾਲ ਮੈਨੂੰ ਬਚਪਨ ਤੋਂ ਜਿਵੇਂ ਸ਼ੌਂਕ ਸੀਗਾ ਮਾਡਲਿੰਗ ਦਾ, ਔਰ ਮੈਂ ਚਾਹੁੰਦੀ ਸੀ ਮੇਰੇ ਕਰਾਉਣ ਪਏ, ਔਰ ਜਿਹੜਾ ਮੈਂ ਸੁਪਨਾ ਲਿਆ ਸੀ ਮੇਰਾ ਬਚਪਨ 'ਚ ਜੋ ਸੀ ਉਹ ਮੇਰਾ ਹੁਣ ਕੰਪਲੀਟ ਹੋ ਗਿਆ, ਮੇਰਾ ਪੂਰਾ ਹੈ, ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਜੀ। ਔਰ ਮੈਂ ਅੱਗੋਂ ਜਾ ਕੇ ਚਾਹੁੰਦੀ ਜਿਵੇਂ ਹੁਣ ਮੈਂ ਪੰਜਾਬ ਦੀ ਵਿਨਰ ਬਣੀ ਹੋਈ ਹਾਂ ਤਾਂ ਨੈਕਸਟ ਟਾਈਮ ਜੀ ਮੈਂ ਚਾਹੁੰਦੀ ਹਾਂ ਕਿ ਹੁਣ ਮੈਂ ਜਿਵੇਂ ਪੰਜਾਬ ਦੀ ਵਿਨਰ ਤਾਂ ਹੁਣ ਬਣ ਗਈ ਹਾਂ ਜੀ, ਇਸ ਤੋਂ ਬਾਅਦ ਮੈਂ ਚਾਹੁੰਦੀ ਕਿ ਇਸ ਤੋਂ ਬਾਅਦ ਮੇਰੀ ਜਿਹੜਾ ਨੈਕਸਟ ਹੈਗਾ ਕਿ ਮੈਂ ਨੈਸ਼ਨਲ ਜਿਹੜੀ ਵਿਨਰ ਚੁਣੀ ਜਾਵਾਂਗੀ, ਮੈਨੂੰ ਆਪਣੇ ਆਪ 'ਤੇ ਬਹੁਤ ਕੌਨਫੀਡੈਂਸ ਹੈ ਜੀ। ਮੈਂ ਚਾਹੁੰਦੀ ਕਿ ਆਪਣੀਆਂ ਧੀਆਂ ਨੂੰ ਵੱਧ ਤੋਂ ਵੱਧ, ਕਿਉਂਕਿ ਅੱਜ ਕੱਲ੍ਹ ਧੀਆਂ ਜਿਹੜੀਆਂ ਹੈਗੀਆਂ ਉਹ ਮੁੰਡਿਆਂ ਨਾਲੋਂ ਘੱਟ ਨਹੀਂ ਆ, ਮੁੰਡੇ ਸਭ ਇੱਕੋ ਹੀ ਧੀਆਂ ਪੁੱਤਰ ਜੀ, ਹਾਂਜੀ, ਔਰ ਮੈਂ ਚਾਹੁੰਦੀ ਕਿ ਸਭ ਨੂੰ ਅੱਗੋਂ ਵੱਧ ਤੋਂ ਵੱਧ ਆਉਣ। ਬਹੁਤ ਵਧੀਆ ਜੀ, ਸਾਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਜੀ, ਫੈਮਿਲੀ ਦੀ ਸਪੋਰਟ ਸੀ ਅਤੇ ਇੱਥੋਂ ਤੱਕ ਪਹੁੰਚੇ ਹਾਂ। ਨੈਸ਼ਨਲ 'ਚ ਜਾਣਾ, ਬਿਲਕੁਲ ਜੀ ਨੈਸ਼ਨਲ 'ਚ ਜਾਵਾਂਗੇ ਜੀ।